ਆ ਵੇਖੋ ਕਿਵੇਂ ਏਟੀਐਮ ਦੇ ਅੰਦਰੋਂ ਹੀ ਪੈਸੇ ਖੋ ਕੇ ਭੱਜ ਗਿਆ ਲੁਟੇਰਾ। ਮੌਕੇ ਤੇ ਨਹੀਂ ਮੌਜੂਦ ਸੀ ਕੋਈ ਵੀ ਸਿਕਿਉਰਿਟੀ ਗਾਰਡ। ਦੱਸਦੇ ਕਿ ਸ਼ਰੇਆਮ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ ਜਿੱਥੇ ਇਹ ਲੁਟੇਰਾ ਬੇਖੌਫ ਹੋ ਕੇ ਏਟੀਐਮ ਅੰਦਰ ਖੜੀਆਂ ਕੁੜੀਆਂ ਦੇ ਹੱਥੋਂ ਨਕਦੀ ਖੋ ਕੇ ਭੱਜ ਲੈਂਦਾ ਹੈ ਤੇ ਫਿਰ ਇਸਦਾ ਦੂਸਰਾ ਸਾਥੀ ਇਸ ਨੂੰ ਬਾਈਕ ਤੇ ਬਿਠਾ ਕੇ ਮੌਕੇ ਤੋਂ ਫਰਾਰ ਕਰ ਲੈ ਜਾਂਦਾ ਹੈ, ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਜਿਸ ਤੋਂ ਬਾਅਦ ਹੁਣ ਪੁਲਿਸ ਨੂੰ ਇਸਦੀ ਸੂਚਨਾ ਦਿੱਤੀ ਗਈ ਹੈ ਤੇ ਇਸ ਮਾਮਲੇ ਦੀ ਪੁਲਿਸ ਹੁਣ ਜਾਂਚ ਕਰ ਰਹੀ ਹੈ। ਦੱਸਦੇ ਕਿ ਦੋ ਲੜਕੀਆਂ ਘਰੋਂ ਏਟੀਐਮ ਦੇ ਵਿੱਚ ਪੈਸੇ ਜਮ੍ਹਾਂ ਕਰਵਾਉਣ ਜਾਂਦੀਆਂ ਨੇ ਤੇ ਜਦੋਂ ਉਹ ਨਕਦੀ ਗਿਣ ਰਹੀਆਂ ਹੁੰਦੀਆਂ ਨੇ ਤਾਂ ਇਹਨਾਂ ਨੂੰ ਪਿੱਛੇ ਕੋਈ ਲੁਟੇਰਾ ਆਉਂਦਾ ਤੇ ਮੌਕਾ ਦੇ ਕੇ ਉਹਨਾਂ ਦੇ ਹੱਥੋਂ ਨਕਦੀ ਖੋ ਲੈਂਦਾ, ਜਿਸ ਤੋਂ ਬਾਅਦ ਲੜਕੀਆਂ ਉਸਦਾ ਪਿੱਛਾ ਵੀ ਕਰਦੀਆਂ ਨੇ ਪਰ ਇਹਨੇ ਨੂੰ ਉਹ ਆਪਣੇ ਦੂਸਰੇ ਸਾਥੀ ਦੇ ਨਾਲ ਬਾਈਕ ਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਜਾਂਦਾ, ਜਿਸ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਸਾਰੀ ਲੁੱਟ ਦੀ ਵਾਰਦਾਤ ਕੈਦ ਹੋਈ ਹੈ। ਦੱਸਦੇ ਕਿ ਮਾਮਲਾ ਟੋਹਾਣਾ ਦਾ ਜਿੱਥੇ ਘਟਨਾ ਤੋਂ ਬਾਅਦ ਇਸਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਹੁਣ ਸੀਸੀਟੀਵੀ ਦੇ ਆਧਾਰ ਤੇ ਇਹਨਾਂ ਲੁਟੇਰਿਆਂ ਦੀ ਭਾਲ ਕਰ ਰਹੀ ਹੈ ਤੇ ਦੱਸਦੇ ਕਿ ਲੁੱਟ ਦੀ ਵਾਰਦਾਤ ਨੂੰ ਇਹਨਾਂ ਲੁਟੇਰਿਆਂ ਵੱਲੋਂ ਅੰਜਾਮ ਦਿੱਤਾ ਗਿਆ ਜਿੱਥੇ ਲੜਕੀਆਂ ਘਰੋਂ ਏਟੀਐਮ ਦੇ ਵਿੱਚ ਪੈਸਾ ਜਮ੍ਹਾਂ ਕਰਵਾਉਣ ਜਾ ਰਹੀਆਂ ਸੀ ਤਾਂ ਇਹਨਾਂ ਵੱਲੋਂ ਮੌਕੇ ਤੇ 9400 ਰੁਪਏ ਦੀ ਨਕਦੀ ਉਹਨਾਂ ਦੇ ਹੱਥੋਂ ਖੋਹ ਲਈ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤੇ ਲੁੱਟ ਦੀ ਵਾਰਦਾਤ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੇਖ ਸਕਦੇ ਹੋ ਕਿੰਨੇ ਸ਼ਾਤਿਰ ਤਰੀਕੇ ਦੇ ਨਾਲ ਇਹ ਲੜਕੀ ਦੇ ਹੱਥੋਂ ਪੈਸੇ ਖੋਹ ਕੇ ਭੱਜ ਜਾਂਦਾ ਹੈ ਤੇ ਫਿਰ ਇਹ ਕਿਸੇ ਦੇ ਵੀ ਹੱਥ ਨਹੀਂ ਆਉਂਦਾ ਤੇ ਬਾਈਕ ਤੇ ਬੈਠ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ये ना मेरी सिस्टर ना घर से पैसे लेके गई थी 9500 रुपये बैंक में जमा करवाने के लिए अपने खाते में एटीएम पे, और एटीएम पे जैसे ही पहुंची और अंदर मतलब लाइन में लगी क्यू में, तो जैसे ही लगते और एक अपना क्या नकाबपोश वाला आदमी आया और क्या कहते दरवाजा खोलते पैसे छीनते फरार हो गए और उन्होंने शोर मचाया और उसके शोर मचाने के बाद वहाँ इकट्ठा हुई। इतने में दूसरा आदमी आया उसको बाइक पर बिठा कर ले गया और मतलब वो हाथ से चलाए गए। वो कितने अमाउंट 9500 रुपये की। अब आपने कोई शिकायत दर्ज करवाई है? हाँ जी, हाँ जी, हम यहाँ पर एप्लीकेशन दे दिए थाने में, तो इसके आगे की कार्रवाई वो बताएंगे पुलिस वाले। क्या चाहते हो आप? सर हम तो ये चाहते हैं कि हमारे साथ इंसाफ हो। तो आए दिन वारदातें हो रही हैं, आए दिन घटनाएं हो रही हैं, क्या कहना चाहेंगे? ये जो दिन ब दिन जो टोहाना के जो हाल हैं बदतर ही बदतर होते जा रहे हैं, जिसके कारण मतलब इनको कोई भी खौफ नहीं है, मतलब जो भी आरोपी हैं किसी चीज़ का डर नहीं है इनको। और दूसरी बात ये अभी क्या है ना, इनको कोई पुलिस का डर है ना किसी चीज़ का डर है। दिन ब दिन ये वारदात बढ़ती ही जा रही है, इस महीने की ये चौथी वारदात है। तो क्या चाहते हैं सर? ये हम तो ये चाहते हैं भी जो आरोपी जल्द से जल्द पकड़ा जाए जिससे हमको इंसाफ मिल सके। आप किसी के साथ होते ही गया? उसकी सहेली थी जी साथ में, जीना जीना जब्ती करके और साथ के हाथों हाथ निकल गया वहाँ से।